ਗਾਉਣ ਵਾਲੇ ਦੇ ਹਿੱਕ ਵਿੱਚ ਗੱਲਾਂ ਸਾਗ ਬਣਾਉਣ ਦਾ ਕੀ ਜਿਹੜੇ ਰੋਗੀ ਨੇ ਨਹੀਂ ਪਰਹੇਜ਼ ਕਰਨਾ ਉਹਦਾ ਇਲਾਜ ਕਰਾਉਣ ਦਾ ਕੀ ਫਾਇਦਾ ਜਿੰਨਾ ਪੈਸੇ ਲੈ ਕੇ ਮੋੜਨੀ ਨਹੀਂ ਉਹਦੇ ਵਿਆਹ ਚ ਵਧਾਉਣ ਦਾ ਕੀ ਫਾਇਦਾ ਅੱਜ ਤੋਂ 10 ਸਾਲ ਪਹਿਲਾਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਵੀ ਜੱਟ ਬਾਹਰ ਲੈ ਕੇ ਮਰ ਗਿਆ ਜੀ ਉਹਨੇ ਆਤਮ ਹੱਤਿਆ ਕਰ ਲਈ ਅੱਜ ਕੱਲ੍ਹ ਕੋਈ ਨਹੀਂ ਮਰਦਾ ਲੈ ਕੇ 40-45 ਲੱਖ ਕਰਕੇ ਝੱਗਾ ਚੱਕ ਦੇਣਗੇ ਵੀ ਨਹੀਂ ਦਿੰਦੇ ਲਾਲਾ ਜ਼ੋਰ ਮੇਰੇ ਹਿਸਾਬ ਨਾਲ 10-20 ਲੱਖ ਪਿੱਛੇ ਮਰਨ ਦੀ ਵੀ ਕੋਈ ਲੋੜ ਨਹੀਂ ਜੇ ਦਿੱਤੇ ਗਏ ਠੀਕ ਹੈ ਨਹੀਂ ਗਾਂ ਦੀ ਗਾਂ ਦੇਖੀ ਜਾਊ ਜਿੰਨਾ ਪੈਸੇ ਲੈ ਕੇ ਮੋੜਨੀ ਨਹੀਂ ਉਹਦੇ ਵਿਆਹ ਚ ਵਧਾਉਣ ਦਾ ਕੀ ਜਿਹੜੇ ਮਾਲਣੇ ਖਾੜੇ ਕਿਉਂ ਖਵਾਉਣ ਦਾ ਕੀ ਫਾਇਦਾ ਜਿੰਨਾ ਪੈਸੇ ਲੈ ਕੇ ਮੋੜਨੀ ਨਹੀਂ ਉਹਦੇ ਵਿਆਹ ਚ ਵਧਾਉਣ ਦਾ ਕੀ ਉਹ ਫੇਲ ਹੋ ਜੇ ਬਾਣੀਆਂ ਜੋ ਕਰੇ ਆਸ਼ਕੀ ਤੇ ਪਵੇ ਨਾ ਹੱਟ ਤੇ ਉਹ ਦਾਰੂ ਪੀ ਕੇ ਸੌਦਾ ਜੋ ਵਪਾਰੀ ਕਰਦੇ ਉਹ ਕਦੇ ਨੀ ਘੱਟਦੇ ਉਹ ਕੁਰਸੀਆ ਕਦੇ ਨੀ ਲਿਹਾਜ਼ ਕਰਦਾ ਭਾਵੇਂ ਕੁੱਲੀ ਤਣਜੇ ਉਹ ਜੱਟ ਦੀ ਜ਼ਮਾਨੋ ਗੁੱਡੀ ਉਦੋਂ ਡਿੱਗਦੀ ਜੇ ਪੁੱਤ ਵੈਲੀ ਬਣ ਜੇ ਉਹ ਤੇਰੀ ਤਾਂ ਜ਼ਮਾਨੋ ਗੁੱਡੀ ਉਦੋਂ ਡਿੱਗਦੀ ਜੇ ਪੁੱਤ ਵੈਲੀ ਬਣ ਜੇ ਵੇ ਜੱਟਾ ਤੇਰੀ ਤਾਂ ਸਮਾਨੋ ਗੁੱਡੀ ਉਦੋਂ ਡਿੱਗਦੀ ਜੇ ਪੁੱਤ ਵੈਲੀ ਬਣ ਜੇ ਉਹ ਕੱਟੀਏ ਪਕੌੜੇ ਕਾੜ ਕੇ ਵੀ ਤੇਲ ਨੂੰ ਉਹ ਬਿਜਲੀ ਦੇ ਖੰਭੇ ਤੇ ਨਾ ਚਾੜੋ ਵੇਲ ਨੂੰ ਰੋਟੀ ਖਾ ਕੇ ਹੱਥ ਵੀ ਕਦੇ ਨੀ ਚੱਟੀ ਦੇ ਉਹ ਮਿੱਤਰ ਹੋ ਬਟੋਲੇ ਪਿੰਡ ਚੋਂ ਨੀ ਪੱਟੀ ਦੇ ਸੱਜਣਾ ਬਟੋਲੇ ਪਿੰਡ ਚੋਂ ਸਾਰਾ ਕੰਮ ਤੀਵੀਆਂ ਦਾ ਹੁੰਦਾ ਬੰਦਿਆਂ ਦਾ ਇਹ 'ਚ ਕੋਈ ਦਾਜ ਦਹੇਜ ਦੇ ਵਿੱਚ ਕੋਈ ਰੌਲਾ ਰੱਪਾ ਨਹੀਂ ਇਹਨਾਂ ਨਹੀਂ ਕਹਿਣਾ ਹੁੰਦਾ ਆਖੇ ਸਾਡੇ ਪ੍ਰਾਹੁਣੇ ਨੂੰ ਵੀ ਛਾਪ ਪਈ ਆ ਸਾਡੇ ਫੁੱਫੜ ਨੂੰ ਵੀ ਪਈ ਆ ਬੇਟੇ ਮੈਂ ਇਹੋ ਜਿਹੀਆਂ ਛਾਪਾਂ ਦੇ ਬੇਬੇ ਹੋ ਮੁੰਡੇ ਦੇ ਵਿਆਹ ਨੂੰ ਬਹੁਤਾ ਮੂੰਹ ਨਾ ਅੱਡੀਏ ਦੁੱਧ ਅਤੇ ਪੁੱਤ ਨੂੰ ਨਾ ਘਰੋਂ ਕੱਢੀਏ ਹੋ 2 ਮਹੀਨੇ ਨੀ ਪਾਣੀ 'ਚ ਤਰੀਦਾ ਹੋ ਪੇਪਰਾਂ ਦੇ ਵੇਲੇ ਨੀ ਇਸ਼ਕ ਕਰੀਦਾ ਚੱਟਾ ਪੇਪਰਾਂ ਦੇ ਵੇਲੇ ਨੀ ਇਸ਼ਕ ਕਰੀਦਾ ਵੇ ਸੁਣੀ ਪੇਪਰਾਂ ਦੇ ਵੇਲੇ ਨੀ ਇਸ਼ਕ ਕਰੀ ਹੁਣ ਜਿਹੜੇ ਕਹਿੰਦੇ ਆ ਵੀ ਮੇਰੇ ਵਰਗਾ ਸੋਹਣਾ ਕੋਈ ਨੀ ਵੀ ਮੈਂ ਬਹੁਤ ਸੋਹਣਾ ਉਹਨਾਂ ਦੀ ਗੱਲ ਕਰਨ ਲੱਗਾ ਹੋ ਮੈਥੋਂ ਸੋਹਣਾ ਨੀ ਜੱਗ ਤੇ ਜੰਮ ਸਕਦਾ ਓਏ ਹਰ ਬੰਦੇ ਨੂੰ ਇਹੋ ਗਰੂਰ ਹੁੰਦਾ ਹੋ ਮੇਰੇ ਮੂਹਰੇ ਵੀ ਰੱਬ ਨੀ ਝਾਕ ਸਕਦਾ ਬੈਲੀ ਬੰਦੇ ਨੂੰ ਇਹੋ ਲੰਬੀ ਉਮਰ ਨੀ ਭੋਗ ਸਕਦਾ ਮਾੜੇ ਕੰਮਾਂ 'ਚ ਜੋ ਮਸ਼ਹੂਰ ਹੁੰਦਾ ਹੋਏ ਮੱਖਣ ਬਰਾੜਾ ਕਤਲ ਜੇ ਕਰਨ ਦੋਵੇਂ ਉਹ ਨਾਲ ਜੱਟ ਦੇ ਮਜ਼ਬੀ ਜ਼ਰੂਰ ਹੁੰਦਾ ਹਾਂ ਮੱਖਣ ਬਰਾੜਾ ਕਤਲ ਜੇ ਕਰਨ ਦੋਵੇਂ ਉਹ ਨਾਲ ਜੱਟ ਦੇ ਮਜ਼ਬੀ ਜ਼ਰੂਰ ਹੁੰਦਾ ਆ ਯਾਰ ਜੁੰਡੀ ਦੇ ਬਣਾਏ ਰੋਂਦ ਵਰਗੇ ਯਾਰ ਜੁੰਡੀ ਦੇ ਚੁੰਡੀ ਦੇ ਬਣਾਏ ਸੰਤ ਬਾਹਰ ਲੈ ਲਸਾਂਸਾ ਤੇ ਝਾੜ ਲੈ ਸੰਤ ਬਾਹਰ ਲੈ ਸੰਤ ਬਾਹਰ ਲੈ ਲਸਾਂਸਾ ਤੇ ਝਾੜ ਲੈ ਉਹ ਦੋਗਲੇ ਜੇ ਖਾਂਦੇ ਖਾਰਨੇ ਹੋ ਪੰਜਾਂ ਉੱਤੇ ਕੇਸ ਚੱਲਦੇ ਜੀ ਬਾਕੀ ਬਾਹਰ ਨੇ ਹੋਏ ਬਾਕੀ ਬਾਹਰ ਨੇ ਹੋਏ ਬਾਕੀ ਸ਼ਿਕਾਰੀਆਂ ਨੂੰ ਪਾਲਦੇ ਹੱਥ ਯਾਰ ਦੇ ਯਾਰ ਦੇ ਸ਼ਿਕਾਰੀਆਂ ਨੂੰ ਪਾਲਦੇ ਉਹ ਕਿਹੜੀ ਛੋਟੇ ਗੱਲ ਕਰਦਾ ਹੋਏ ਅੱਖ ਯਾਰ ਦੀ ਯਾਰ ਦੀ ਹੱਲੜਾਂ ਨੂੰ ਤਾਰਦੀ ਅੱਖ ਯਾਰ ਦੀ ਹੱਲੜਾਂ ਨੂੰ ਤਾਰਦੀ ਕਿਤੇ ਨੀ ਬਦਨਾਮੀ ਖੱਟ ਲਈ ਖੱਟ ਲਈ ਹੋ ਜਿਹਦੇ ਪਿੱਛੇ ਤੂੰ ਫਿਰਦਾ ਹੋਏ ਕੱਲ ਪੱਟ ਲਈ ਕੱਲ ਪੱਟ ਲਈ ਕੱਲ ਪੱਟ ਲਈ ਹੋ ਯਾਰ ਜੁੰਡੀ ਦੇ ਬਣਾਏ ਰੌਂਦ ਵਰਗੇ ਯਾਰ ਜੁੰਡੀ ਦੇ ਝਾੜ ਲਏ ਉਹ ਦੋਗਲੇ ਜੇ ਖਾਂਦੇ ਗਾਰਨੇ ਗਾਰਨੇ
पंजा उत्ते केस चल दे जी बाकी उच्ची आवाज नहीं गई जलंधर आवाज बजाउणी है जलंधर ओ पंजा उत्ते केस चल दे जी बाकी ओ पंजा उत्ते केस चल दे जी बाकी बड़ी नहीं गल उन्हां दी ज्यादा है ओ पंजा उत्ते केस चल दे जी बाकी ओ पंजा उत्ते केस चल दे जी बाकी ओ पंजा उत्ते केस शेर बच्चे रहते होश ने होश ने खुडा बच्चे रैन लुकते हुए घर कोश ने हो खुडा बच्चे रैन लुकते हुए घर खुडा बच्चे रैन लुकते हुए घर कोश ने हो जी दे पिछे तू फिरदा वे कल पटली गहना पटली हो जी दे पिछे तू फिरदा वे कल वे नहीं पट होनी थोड़ी उच्ची हो जी दे पिछे आई पंजीरी अठवीं बारी बस भरे गाउण लगिया